ਅੱਜ ਸਾਡੀ ਸੰਜੋਤ ਮੋਰਚੇ ਦੀ 7ਵੀਂ ਮੀਟਿੰਗ ਸਰਕਾਰ ਨਾਲ ਹੋ ਰਹੀ ਹੈ। ਸਰਕਾਰ ਸਟੈਪ ਬਾਈ ਸਟੈਪ ਬੈਕਵਰਡ 'ਤੇ ਹੈ। ਕਿਸਾਨਾਂ ਦੀ ਐਜੀਟੇਸ਼ਨ ਅਤੇ ਲੋਕ ਹਮਾਇਤ ਜਿਹੜੀ ਹੈ ਲਗਾਤਾਰ ਵੱਧ ਰਹੀ ਹੈ। ਉਹਦੇ ਸਿੱਟੇ ਵਜੋਂ ਸਰਕਾਰ ਹੌਲੀ 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 ਮੰਗਾਂ ਮੰਨਣ ਨੂੰ ਤਿਆਰ ਹੁੰਦੀ ਹੈ। ਅਸੀਂ ਚਾਹੁੰਦੇ ਹਾਂ, 70 ਕਿਸਾਨ ਸਾਡੇ ਸ਼ਹੀਦ ਹੋ ਚੁੱਕੇ ਆ, ਸਰਕਾਰ ਹੋਰ ਕਿੰਨੀਆਂ ਕੁ ਸ਼ਹਾਦਤਾਂ ਚਾਹੁੰਦੀ ਹੈ ਇਹ ਉਹਨਾਂ ਸੋਚਣਾ ਚਾਹੀਦਾ। ਇੱਕ ਸ਼ਹਾਦਤ ਦਾ ਮੁੱਲ ਵੀ ਜਿਹੜਾ ਆ ਤਾਰਿਆ ਨਹੀਂ ਜਾ ਸਕਦਾ, ਅਤੇ ਰੋਜ਼ ਸਾਡੀਆਂ 1-2 ਲਾਸ਼ਾਂ ਇੱਥੋਂ ਜਾ ਰਹੀਆਂ। ਅਸੀਂ ਚਾਹੁੰਦੇ ਸਰਕਾਰ ਨੂੰ ਇਮੀਡੀਏਟ ਉਹ ਮੰਗਾਂ ਜਿਹੜੀਆਂ ਇਹਨਾਂ ਨੇ ਗੈਰ ਕਾਨੂੰਨੀ ਢੰਗ ਨਾਲ ਪਾਸ ਕੀਤੀ ਹੈ ਬਿੱਲ, ਉਹ ਰੱਦ ਕਰਨੇ ਚਾਹੀਦੇ ਆ। ਕਿਸਾਨਾਂ ਨਾਲ ਰਾਇ ਕਰਕੇ ਨਵੇਂ ਬਿੱਲ ਲਿਆਉਣੇ ਲੈ ਆਉਣ। ਇਹ ਜਿਹੜਾ ਅਸੈਂਸ਼ਲ ਕਮੋਡਿਟੀ ਐਕਟ ਵੀ ਰੱਦ ਕਰਨਾ ਚਾਹੀਦਾ। ਜਿਹੜਾ ਕੰਟਰੈਕਟ ਫਾਰਮਿੰਗ ਆ ਉਹ ਕਿਸਾਨ ਕਰੇ ਨਾ ਕਰੇ ਸਰਕਾਰ ਦੀ ਕਿਸੇ ਤਰ੍ਹਾਂ ਦੀ ਅਸੀਂ ਕਿਸੇ ਨਾਲ ਸਮਝੌਤਾ ਕਰੀਏ। ਤੀਜਾ, ਜਿਹੜਾ ਪ੍ਰਾਈਵੇਟ ਪਲੇਅਰ ਮਾਰਕੀਟ 'ਚ ਲਿਆ ਰਿਹਾ ਆ ਉਹਨਾਂ ਨੂੰ ਨਹੀਂ ਲਿਆਉਣਾ ਚਾਹੀਦਾ, ਸਰਕਾਰ ਆਪ ਖਰੀਦ ਕਰੇ। ਜਿਹੜੇ ਲੋੜ ਪਾਉਂਦੇ ਆ ਪਬਲਿਕ ਡਿਸਟ੍ਰੀਬਿਊਸ਼ਨ ਸਿਸਟਮ ਰਾਹੀਂ ਲੋਕਾਂ ਨੂੰ ਅਨਾਜ ਦੇਵੇ, ਅਤੇ ਜਿਹੜੇ ਜਿਹਨਾਂ ਸੂਬਿਆਂ 'ਚ ਅਨਾਜ ਨਹੀਂ ਪੈਦਾ ਹੁੰਦਾ ਉਹਨਾਂ ਨੂੰ ਸਰਕਾਰ ਖੁਦ ਦੇਵੇ, ਜਿਹੜਾ ਪੁਰਾਣਾ ਸਿਸਟਮ ਆ। ਇਹਦੇ ਨਾਲ ਹੀ ਘੱਟੋ ਘੱਟ ਸਹਾਇਕ ਕੀਮਤ ਫਿਕਸ ਹੁੰਦੀ ਆ, ਘੱਟੋ ਘੱਟ ਨੂੰ ਕਹਿੰਦੇ ਆ, ਅਤੇ ਇਦੋਂ ਥੱਲੇ ਨਹੀਂ ਕੀਮਤ ਆਉਣੀ ਚਾਹੀਦੀ। ਉਹ ਤਾਂ ਬਣਦੀ ਆ ਜੇ ਸਰਕਾਰ ਵਿੱਚ ਹੋਵੇ ਮੈਦਾਨ 'ਚ, ਨਹੀਂ ਤਾਂ ਕੁਆਲਿਟੀ ਦੇ ਨਾਂ 'ਤੇ ਲੋਕਾਂ ਨੂੰ ਲੁੱਟ ਰਹੀ ਹੈ ਪ੍ਰਾਈਵੇਟ ਪਲੇਅਰ। ਘੱਟੋ ਘੱਟ ਸਹਾਇਕ ਕੀਮਤ C2+50% ਪ੍ਰੋਫਿਟ ਦੇ ਨਾਲ ਫੇਸ ਕੀਤੀ ਜਾਵੇ, ਅਤੇ ਸਰਕਾਰੀ ਖਰੀਦ ਦੀ ਗਰੰਟੀ ਕੀਤੀ ਜਾਵੇ। ਇਹ 4 ਕਾਨੂੰਨ ਸਾਡੇ ਰਹਿੰਦੇ ਆ। ਪੰਜਾਬ ਨਾਲ ਸੰਬੰਧਿਤ ਪਰਾਲੀ ਦਾ ਜਿਹੜਾ ਕਰੋੜ ਦਾ ਜੁਰਮਾਨਾ ਸੀ, ਬਿਜਲੀ ਬਿੱਲ ਜਿਹੜੇ ਸਾਨੂੰ ਫ੍ਰੀ ਮਿਲਦੇ ਸੀ ਉਹ ਨਹੀਂ ਮੰਨੇ ਆ ਪਿਛਲੀ ਵਾਰੀ, ਪਰ ਉਹ ਲਿਖਤੀ ਹਾਲੇ ਸਾਨੂੰ ਮਿਲਿਆ ਨਹੀਂ। ਮਿਲ ਜੋ ਕੋਈ ਗੱਲ ਨਹੀਂ, ਉਹ ਐਡੀ ਗੱਲ। ਇਹ ਸਲੋ ਸਪੀਡ 'ਤੇ ਸਰਕਾਰ ਚੱਲ ਰਹੀ ਹੈ। ਜੇ ਸਰਕਾਰ ਦੀ ਸਪੀਡ ਇਹ ਹੀ ਰਹੀ ਤਾਂ 26 ਜਨਵਰੀ ਦਾ ਮਾਰਚ ਦਿੱਲੀ ਦੇ ਵਿੱਚ ਇਤਿਹਾਸਕ ਮਾਰਚ ਹੋਊਗਾ, ਬਹੁਤ ਵੱਡੀ ਪੀਰੀਡ ਹੋਊਗੀ। 20 ਲੱਖ ਕਿਸਾਨਾਂ ਦਾ ਇਹਦੇ ਇਕੱਠ ਹੋਊਗਾ, ਫਿਰ ਸਰਕਾਰ ਲਈ ਵੀ ਮੁਸ਼ਕਲ ਹੋਊ ਅਤੇ ਕਿਸਾਨਾਂ ਦੀ ਵੀ ਮਜਬੂਰੀ ਹੋਊਗੀ ਮਾਰਚ ਕਰਨ। ਸੰਧੂ ਸਾਹਿਬ, ਜਿਹੜੇ ਅੱਜ ਦੇ ਮੀਟਿੰਗ ਦੇ ਏਜੰਡੇ ਨੇ ਉਹ ਮੇਨ ਕੀ ਰਹਿਣਗੇ? ਅਸੀਂ ਸੈਂਕੁਐਂਸ ਇਹਨਾਂ ਨੂੰ ਭੇਜਿਆ ਜੀ, ਸੀਕੁਐਂਸ ਵਾਈਜ਼ ਕਰ ਰਹੇ ਹਾਂ। ਪਹਿਲੇ 3 ਕਾਨੂੰਨ ਆ ਜਿਹੜੇ ਸਰਕਾਰ ਨੇ ਪਾਸ ਕੀਤੇ ਆ, ਅਸੈਂਸ਼ਲ ਕਮੋਡਿਟੀ ਐਕਟ, ਕੰਟਰੈਕਟ ਫਾਰਮਿੰਗ ਐਂਡ ਮੰਡੀ ਐਕਟ ਜਿਹੜਾ, ਉਹ 3 ਆ। ਚੌਥਾ MSP ਆ, 4 ਆ ਅੱਜ ਦੇ ਮੁੱਦੇ ਸਾਡੇ। ਅਸੀਂ ਸੀਕੁਐਂਸ ਉਹੀ ਰਹੂਗਾ ਸਾਡਾ, ਉਹ ਨਹੀਂ ਮੰਨਦੇ ਜੇ ਰੌਲਾ ਰੱਪਾ ਪਾਉਣ ਤੋਂ ਬਾਅਦ ਅਗਲੇ ਚੱਲ ਜਾਵਾਂਗੇ, ਉਦੋਂ ਅਗਲੇ ਚੱਲ ਜਾਵਾਂਗੇ, ਜੋ ਮੰਨਣਗੇ ਉਹ ਸਹੀ। ਪਰ ਇਹਨਾਂ ਨੂੰ ਰੱਦ ਕਰਾਏ ਬਿਨਾਂ ਕਿਸਾਨਾਂ ਨੇ ਵਾਪਸ ਨਹੀਂ ਜਾਣਾ, ਕਿਉਂਕਿ ਜਿੰਨੀ ਲੋਕਾਂ ਨੇ ਸਪੋਰਟ ਦਿੱਤੀ ਆ, ਜਿੰਨੀ ਲੋਕ ਤਨੋ ਮਨੋ ਧਨੋ ਹਮਾਇਤ ਕਰ ਰਹੇ ਆ, ਇੱਥੋਂ ਤੱਕ ਹਰਿਆਣੇ ਦੇ ਲੋਕਾਂ ਨੇ ਆਪਣੇ ਕਾਰੋਬਾਰ ਬੰਦ ਕਰਕੇ ਸਾਡੇ ਲਈ ਦਰਵਾਜ਼ੇ ਖੋਲ੍ਹ ਦਿੱਤੇ ਆ, ਇੰਨੀ ਹਮਾਇਤ ਕਦੇ ਨਹੀਂ ਹੋਈ। ਇੱਕ ਨੌਜਵਾਨ ਨੇ ਹਰਿਆਣੇ ਦੇ ਨੇ, ਵਜ਼ੀਰ ਜੀ ਤੁਹਾਡੀ ਉਮਰ ਦਾ ਮੁੰਡਾ ਆ, ਜਿਹੜੇ ਕੋਈ ਜਾਨਵਰ ਪਾਲਣਾ ਕੋਈ ਪੁੱਤ ਪਾਲਣਾ ਬਰਾਬਰ ਹੁੰਦਾ, ਉਹ ਕੁੱਤਾਂ ਨਾਲੋਂ ਵੀ ਜ਼ਿਆਦਾ ਤੇਜ਼ ਨਾ ਪਾਲੀ। ਅੱਜ 51 ਲੱਖ ਦੀ ਵੇਚ ਕੇ ਲੰਗਰ ਦੇ ਵਿੱਚ ਲਾਤੀ ਹੈ। ਪਰਸੋਂ 2 ਮੁੰਡੇ ਆਏ ਆ, 26 ਖੇਤ ਉਹਨਾਂ ਦੇ ਕਣਕ ਦੇ ਆ, ਉਹ ਕਹਿੰਦੇ 1 ਵੀ ਦਾਣਾ ਮੰਡੀ 'ਚ ਨਹੀਂ ਜਾਣਾ, ਸਾਰਾ ਲੰਗਰ ਚਲਾਉਣਾ। ਇੱਦਾਂ ਦੀ ਹਮਾਇਤ ਕਦੇ ਅਸੀਂ ਅੰਦਾਜ਼ਾ ਨਹੀਂ ਸੀ ਲਾਇਆ ਜਦੋਂ ਅਸੀਂ ਤੁਰੇ ਸੀ। ਅਸੀਂ ਸਮਝਦੇ 1-1.5 ਲੱਖ ਬੰਦਾ ਚੱਲ ਜਾਊਗਾ, ਪਰ ਅੱਜ ਤੁਹਾਡੇ ਸਾਹਮਣੇ 5 ਲੱਖ ਬੰਦਾ ਪਹੁੰਚ ਗਿਆ, ਅਤੇ 26 ਨੂੰ 20 ਲੱਖ ਤੋਂ ਵੱਧ ਰੋਕੇ 'ਤੇ ਪਹੁੰਚੂਗਾ। ਸੰਧੂ ਸਾਹਿਬ, ਜਿਹੜੇ ਨਜਾਇਜ਼ 452-307 ਦੇ ਪਰਚੇ ਹੁਸ਼ਿਆਰਪੁਰ ਪ੍ਰਸ਼ਾਸਨ ਨੇ ਦਿੱਤੇ ਆ, ਉਹ ਗੋਹਾ ਸੁੱਟਣ ਕਰਕੇ, ਉਹਦੇ ਬਾਰੇ ਤੁਹਾਡਾ ਕੀ ਪ੍ਰਤੀਕਰਮ? ਦੇਖੋ, ਉਹਨੂੰ ਕੰਡੈਮ ਕਰਦੇ ਹਾਂ, ਪਰਚੇ ਬਣਨਾ ਮਾਈਨਰ ਚੀਜ਼ਾਂ ਐਜੀਟੇਸ਼ਨ 'ਚ। ਜੇ ਕਿਸੇ ਐਜੀਟੇਸ਼ਨ 'ਚ ਪਰਚਾ ਹੀ ਨਹੀਂ ਹੁੰਦਾ, ਵੀ ਐਜੀਟੇਸ਼ਨ ਕਾਹਦੀ ਹੋਈ? ਅਸੀਂ ਤਾਂ ਕਹਿੰਦੇ ਹਾਂ ਅਸਲੀ ਲੀਡਰ ਹੋ, ਜੇ ਤਾਂ 10 ਪਰਚੇ ਹੋਣ। ਪਰਚੇ ਰੱਦ ਕਰਾਉਣਾ ਮਾਈਨਰ ਗੱਲਾਂ ਹੈ, ਇਹ ਸਬਸਿਡੀ ਹੈ। ਜੇ ਅਸੀਂ ਮੰਗਾਂ ਛੱਡ ਕੇ ਪਰਚਿਆਂ ਵੱਲ ਨੂੰ ਤੌਰ 'ਤੇ ਰੱਦ ਕਰੋ, ਉਹ ਤਾਂ ਹੁਣ ਕਰ ਦੇਣ। ਮੈਂ ਇਸ ਕਰਕੇ ਕਿਉਂਕਿ ਤੁਸੀਂ ਉਹਨਾਂ ਨੂੰ ਕੋਈ ਦਿਲ ਨਾ ਛੱਡੇ, ਹਿੰਮਤ ਨਾ ਹਾਰੇ ਕਿ ਸਾਰੀਆਂ ਯੂਨੀਅਨਾਂ ਨੂੰ ਨਾਲ ਆ, ਕੁਛ ਵੀ ਇਹ ਕਰ ਲੈਣ, ਜਿੱਦਣ ਜ਼ਰੂਰਤ ਹੋਊ ਉਦੋਂ ਕੈਂਸਲ ਕਰਾ ਲਾਂਗੇ। ਇਸ ਵੇਲੇ ਸਾਰਾ ਮਾਈਂਡ ਅਸੀਂ ਇਹਨਾਂ ਨੂੰ ਕੰਡੈਮ ਕਰ ਚੁੱਕੇ ਹਾਂ ਪਹਿਲਾਂ ਮੀਡੀਆ ਰਾਹੀਂ, ਅੱਜ ਵੀ ਅਸੀਂ ਉਹਨਾਂ ਨੂੰ ਕਹਿੰਦੇ ਹਾਂ ਵੀ ਪਰਚੇ ਰੱਦ ਕਰਾਉਣਾ ਬਾਏ ਹੱਥ ਦਾ ਕੰਮ ਆ ਸਾਡਾ, ਕੋਈ ਸਮੱਸਿਆ ਨਹੀਂ। ਪਰਚੇ ਤਾਂ 1 ਦਿਨ ਦਾ ਕੰਮ ਆ, 50 ਸਰਕਾਰ ਰੱਦ ਕਰਨੇ ਆ, ਕੋਈ 50 ਸਰਕਾਰ ਸੈਂਟਰ ਹੀ ਚੁਕਾਇਆ, 50 ਸਰਕਾਰ ਕੀ ਚੀਜ਼ ਹੈ? ਇੱਕ ਲੋਕਾਂ ਦਾ ਹੋਰ ਸਵਾਲ ਆ ਰਿਹਾ ਸੀਗਾ ਵੀ ਜਿਹੜੀ ਕੱਲ੍ਹ ਲਾਠੀਚਾਰਜ ਕਿਸਾਨਾਂ ਦੇ, ਰਵਾੜੀ ਦੇ ਕਿਸਾਨਾਂ 'ਤੇ ਵੀ ਹੋਇਆ, ਉਹ ਸਰਕਾਰ ਦੇ ਇਸ਼ਾਰੇ 'ਤੇ ਹੋਇਆ ਜਾਂ ਕਿੱਦਾਂ ਹੋਇਆ? ਉਹਨੂੰ ਅੱਜ ਇੱਥੇ ਮੀਟਿੰਗ ਦੇ ਵਿੱਚ ਰੱਖਿਆ ਜਾਊਗਾ ਵੀ ਇਹ ਕਿਉਂ ਹੋਇਆ? ਨਹੀਂ, ਮੀਟਿੰਗ ਵਿੱਚ ਤਾਂ ਇਹ ਰੱਖਾਂਗੇ, ਪਿਛਲੀ ਵਾਰੀ ਰੱਖਿਆ ਸੀਗਾ, ਜਿਹੜੇ 3-4 ਸਟੇਟਾਂ ਨੇ ਕੀਤਾ ਸੀਗਾ, ਉੱਤਰਾਖੰਡ ਵਾਲੇ ਨੇ, UP ਵਾਲਿਆਂ ਨੇ, ਬੜਾ ਉੱਤਰਾਖੰਡ ਦਾ ਸਭ ਤੋਂ ਖਤਰਨਾਕ ਕੰਮ ਆ। ਜਿਹੜੀਆਂ ਜ਼ਮੀਨਾਂ ਉਹਨਾਂ ਦੀਆਂ ਅਟੈਚ ਹੋਈਆਂ ਸੀ, ਉਹਨਾਂ ਨਾਂ ਹੋਈਆਂ ਸੀਗੀਆਂ, ਉਹ ਡਿਸ ਅਟੈਚ ਕਰ ਰਹੇ, ਉਹ ਅਸੀਂ ਮੁੱਦਾ ਰੱਖਿਆ ਸੀ, ਨਹੀਂ ਕਿ ਅਸੀਂ ਕਰਾਂਗੇ। ਹਰਿਆਣੇ ਵਾਲਿਆਂ ਨੇ ਜਿਹੜੇ ਪਰਚੇਦਾਰੀਏ 307 ਵਾਲੇ, ਉਹ ਮੁੱਦਾ ਵੀ ਰੱਖਿਆ ਸੀ, ਇਹ ਮੁੱਦੇ ਵੀ ਰੱਖਾਂਗੇ। ਜਿਵੇਂ ਵਜ਼ੀਰ ਜੀ ਮੈਂ ਤੁਹਾਨੂੰ ਪਹਿਲਾਂ ਕਿਹਾ, ਇਹ ਬਹੁਤ ਛੋਟੀਆਂ ਗੱਲਾਂ ਸੰਘਰਸ਼ਾਂ ਵਿੱਚ, ਜਿੱਡਾ ਵੱਡਾ ਸੰਘਰਸ਼ ਆ, ਇਹਦੇ 302 ਦੇ ਪਰਚੇ ਹੋਣੇ,
307 ਤੇ ਕੁਝ ਵੀ ਨਹੀਂ ਆ ਅਸੀਂ 302 ਦੇ ਪਾਟੇ ਚੱਲੇ ਆ ਰੇਲਵੇ ਦੇ ਵਿੱਚ ਤਿੰਨ ਪਾਟੇ ਆ ਇਹ ਮਾਈਨਰ ਗੱਲ ਹੈ ਧੰਨਵਾਦ ਸੰਤ ਸਾਹਿਬ